75ਵੇਂ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਤਿਰੰਗਾ ਲਹਿਰਾਉਣਗੇ ਤੇ ਸ਼ਹਿਰ ਵਿੱਚ ਪਰੇਡ ਦੀ ਤਿਆਰੀਆਂ ਪਿਛਲੇ ਇੱਕ ਹਫ਼ਤੇ ਤੋਂ ਜਾਰੀ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਰੱਖਿਆ ਲਈ ਕਰੜੇ ਇੰਤਜ਼ਾਮ ਵੀ ਕੀਤੇ ਗਏ ਨੇ। ਪੁਲਿਸ ਨੇ ਥਾਂ ਥਾਂ ਤੇ ਚੈਕਿੰਗ ਮੁਹਿੰਮ ਚਲਾਈ ਹੈ। 15 ਅਗਸਤ ਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਪੂਰੀਆਂ ਤਿਆਰੀਆਂ ਜਿਹੜੀਆਂ ਹੈਗੀਆਂ ਨੇ ਜ਼ੋਰਾਂ ਸ਼ੋਰਾਂ ਤੇ ਚੱਲ ਰਹੀਆਂ ਨੇ। 75ਵਾਂ ਆਜ਼ਾਦੀ ਦਿਵਸ ਹੈ ਉਹਨੂੰ ਲੈ ਕੇ ਤੁਸੀਂ ਦੇਖ ਸਕਦੇ ਹੋ NCC ਦੇ ਸਟੂਡੈਂਟ ਜਿਹੜੇ ਹੈਗੇ ਨੇ ਕੱਲ੍ਹ ਪਰਸੋਂ ਇਸ ਪਰੇਡ ਦਾ ਹਿੱਸਾ ਬਣਨਗੇ। ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਇੰਡੀਆ ਨਿਊਜ਼ 'ਤੇ ਤਸਵੀਰਾਂ ਦੇਖ ਸਕਦੇ ਹੋ ਔਰ ਇਹਨਾਂ ਨੂੰ ਤਿਆਰੀ ਵੀ ਪੂਰੀ ਕਰਾਈ ਜਾ ਰਹੀ ਹੈ। ਇਸ ਸਮੇਂ ਸਿਕਿਉਰਿਟੀ ਅਫਸਰ ਵੀ ਸਾਡੇ ਨਾਲ ਕੋਈ ਮੌਜੂਦ ਨੇ। ਜਿੱਥੇ ਕਿ ਝੰਡਾ ਲਹਿਰਾਇਆ ਜਾਣਾ ਉਹਦੀ ਸਿਕਿਉਰਿਟੀ ਜਿਹੜੀ ਜਿਨ੍ਹਾਂ ਕੋਲ ਹੈਗੀ ਹੈ ਉਹਨਾਂ ਨਾਲ ਗੱਲ ਕਰਦੇ ਹਾਂ। ਸਰ, ਕਿਸ ਤਰ੍ਹਾਂ ਦੀ ਸਿਕਿਉਰਿਟੀ ਰੱਖੀ ਗਈ ਹੈ? ਬਹੁਤ ਵਧੀਆ ਸਿਕਿਉਰਿਟੀ ਹੈ ਜੀ। ਸਵੇਰੇ ਸ਼ਾਮ ਸਾਰੇ ਗੇਟ ਜਿਹੜੇ ਉਹ ਕਵਰ ਕੀਤੇ ਹੋਏ ਨੇ ਔਰ ਆਉਣ ਦੇ ਆਲੇ ਦੁਆਲੇ ਜਿੰਨੇ ਵੀ PCR ਦੇ ਟਵੀਰਾਜ ਨੇ ਉਹ ਵੀ ਡਿਊਟੀ ਦੇ ਰਹੀਆਂ ਨੇ ਅਤੇ ਮੇਰੇ ਵੀ ਇੱਥੇ ਸਿਕਿਉਰਿਟੀ ਮੈਨੂੰ ਇੰਚਾਰਜ ਲਾਇਆ ਹੋਇਆ। ਮੇਰਾ ਨਾਂ SI ਜਗਜੀਤ ਸਿੰਘ ਆ, ਮੇਰੇ ਕੋਲ 8 ਜਵਾਨ ਆ ਔਰ ਪੂਰੀ ਜਿੱਦਾਂ ਕਿ ਹੁਣ ਥੋੜ੍ਹੇ ਦਿਨ ਪਹਿਲਾਂ ਟਿਫਨ ਬੰਬ ਮਿਲਿਆ ਸੀਗਾ ਉਹਨੂੰ ਲੈ ਕੇ ਸਿਕਿਉਰਿਟੀ ਦੇ ਮੱਦੇ ਨਜ਼ਰ ਕਿਸ ਤਰ੍ਹਾਂ ਦੇ ਇੰਤਜ਼ਾਮ ਨੇ ਪੂਰੇ ਸ਼ਹਿਰ? ਪੂਰੇ ਪੁਖਤਾ ਇੰਤਜ਼ਾਮ ਨੇ ਜੀ, ਨਾਕਾਬੰਦੀ ਪੂਰੇ ਸ਼ਹਿਰ 'ਚ ਕੀਤੀ ਹੋਈ ਆ ਅਤੇ ਕਿਸੇ ਤਰ੍ਹਾਂ ਦੀ ਕੋਈ ਵੀ ਮਾੜੀ ਘਟਨਾ ਨਹੀਂ ਵਰਤਣ ਦਿਆਂਗੇ ਆਪਣੀ ਡਿਊਟੀ। ਮੇਰੇ ਮੁੰਡੇ ਜਿਹੜੇ ਜਵਾਨ ਆ ਪੂਰੀ ਮੁਸਤੈਦੀ ਨਾਲ ਡਿਊਟੀ ਕਰ ਰਹੇ ਇਸ ਟਾਈਮ। ਪੂਰੀ ਤਰ੍ਹਾਂ ਡਿਊਟੀ ਜਿਹੜੀ ਹੈ ਮੁਸਤੈਦੀ ਨਾਲ ਕੀਤੀ ਜਾ ਰਹੀ ਹੈ ਔਰ ਇਹ ਸਟੇਡੀਅਮ ਦੇ ਦ੍ਰਿਸ਼ ਨੇ ਜਿੱਥੇ ਤੁਸੀਂ ਦੇਖ ਸਕਦੇ ਹੋ ਇਸ ਸਮੇਂ ਸਟੂਡੈਂਟ ਜਿਹੜੇ ਹੈਗੇ ਨੇ ਉਹ ਪਰੇਡ ਦਾ ਹਿੱਸਾ ਬਣਨ ਲਈ ਜਿਹੜਾ ਤਿਆਰ ਬੈਠੇ ਨੇ ਔਰ ਇਹਨਾਂ ਦੇ ਕਮਾਂਡਰ ਸਾਡੇ ਨਾਲ ਮੌਜੂਦ ਵੀ ਹੈਗੇ ਨੇ, ਉਹਨਾਂ ਨਾਲ ਵੀ ਗੱਲ ਕਰਾਂਗੇ। ਸਰ, ਕਿਸ ਤਰ੍ਹਾਂ ਦੀ ਟ੍ਰੇਨਿੰਗ, ਕਿੰਨੇ ਦਿਨ ਦੀ ਟ੍ਰੇਨਿੰਗ ਸੀਗੀ ਜਿਹੜੀ ਦਿੱਤੀ ਗਈ? 4 ਦਿਨ ਦੀ। ਕਿੰਨੇ ਦਿਨ ਦੀ ਟ੍ਰੇਨਿੰਗ ਹੋਈ? 4 ਦਿਨ ਦੀ ਟ੍ਰੇਨਿੰਗ ਹੈ। ਓਕੇ, ਕਿੰਨੇ ਸਟੂਡੈਂਟ ਹੈ ਜੋ ਇਸ ਪਰੇਡ ਦਾ ਹਿੱਸਾ ਬਣੇ? 34 ਔਰ ਅਗਰ ਬਾਤ ਕਰੇ ਬੱਚੇ ਜੋ ਸਕੂਲੀ ਬੱਚੇ ਹੈ ਇਸ ਵਾਰ ਉਨਕੋ ਵੀ ਹਿੱਸਾ ਬਣਾਇਆ ਗਿਆ ਕਿਉਂਕਿ ਕੋਰੋਨਾ ਮਹਾਮਾਰੀ ਚੱਲ ਰਹੀ ਹੈ ਉਸ ਕੋਲ ਹਿੱਸਾ ਬਣਾਇਆ ਗਿਆ? ਕੁਛ ਬੱਚੋਂ ਕੋ ਬਣਾਇਆ ਗਿਆ, ਜੋ ਦੂਰ ਦੂਰ ਕੇ ਉਸ ਕੋ ਨਹੀਂ ਬੁਲਾਇਆ ਗਿਆ, ਜੋ ਨਜ਼ਦੀਕ ਹੈ ਉਨਕੋ ਬੁਲਾਇਆ ਗਿਆ। ਬਿਲਕੁਲ, ਸਿਕਿਉਰਿਟੀ ਦੇ ਮੱਦੇ ਨਜ਼ਰ ਕਈ ਤਰ੍ਹਾਂ ਦੇ ਹਿਦਾਇਤਾਂ ਦਿੱਤੀਆਂ ਗਈਆਂ ਨੇ ਲੇਕਿਨ ਇਸ ਵਾਰੀ ਸਕੂਲੀ ਬੱਚੇ ਜਿਹੜੇ ਨੇ ਉਹ ਘੱਟ ਨਜ਼ਰ ਆਉਣਗੇ। ਇਸ ਵਾਰੀ ਜਿਹੜਾ ਕਿ ਪ੍ਰੋਗਰਾਮ ਹੈਗੇ ਨੇ ਉਹ ਵੀ ਘੱਟ ਰੱਖੇ ਗਏ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਕਿਉਂਕਿ ਕੋਰੋਨਾ ਮਹਾਮਾਰੀ ਦੇ ਚੱਲਦੇ ਹੋਏ ਕਈ ਤਰ੍ਹਾਂ ਦੇ ਪ੍ਰੋਗਰਾਮਾਂ 'ਤੇ ਰੋਕ ਵੀ ਲਗਾਈ ਦਿੱਤੀ ਗਈ ਹੈ। ਲੇਕਿਨ ਅਗਰ ਸੁਰੱਖਿਆ ਦੀ ਗੱਲ ਕੀਤੀ ਜਾਵੇ ਸੁਰੱਖਿਆ ਦੇ ਮੱਦੇ ਨਜ਼ਰ ਤੁਸੀਂ ਦੇਖ ਸਕਦੇ ਹੋ ਜਵਾਨ ਮੁਸਤੈਦ ਹੈਗੇ ਨੇ ਇੱਥੇ ਔਰ ਇਸ ਕਿਸੇ ਵੀ ਅਨਸੁਰਾਵੀ ਘਟਨਾ ਜਿਹੜੀ ਹੈ ਉਹ ਨਹੀਂ ਜਿਹੜੀ ਹੈਗੀ ਹੈ ਘਟਨਾ ਦਿੱਤੀ ਜਾਵੇਗੀ ਇਹਦੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਸੁਰੱਖਿਆ ਜਿਹੜੀ ਹੈ ਉਹ ਹੋਰ ਕਿੰਨੀ ਪੁਖਤਾ ਹੁੰਦੀ ਹੈ। ਲੁਧਿਆਣਾ ਤੋਂ ਅਭਿਸ਼ੇਕ ਬੈਲ ਦੇ ਨਾਲ ਅਮਨਦੀਪ ਖਹਿਰਾ। ਆਜ਼ਾਦੀ ਦਿਹਾੜੇ ਦੀ 75ਵੀਂ ਵਰੇਗੰਢ ਤੇ ਤਿਰੰਗਾ ਲਹਿਰਾਉਣ ਨੂੰ ਲੈ ਕੇ ਅੱਜ ਹੁਸ਼ਿਆਰਪੁਰ ਦੇ ਪੁਲਿਸ ਗਰਾਊਂਡ ਵਿੱਚ ਫੁੱਲ ਡਰੈਸ ਰਿਹਰਸਲ ਕੀਤੀ ਗਈ। ਰਿਹਰਸਲ ਵਿੱਚ DC ਅਪਨੀਤ ਰਿਆਤ ਨੇ ਤਿਰੰਗਾ ਲਹਿਰਾਇਆ ਤੇ DC ਅਪਨੀਤ ਰਿਆਤ ਨੇ ਦੱਸਿਆ ਕਿ ਇਸ ਵਾਰ ਹੁਸ਼ਿਆਰਪੁਰ ਵਿੱਚ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਮੁੱਖ ਮਹਿਮਾਨ ਹੋਣਗੇ ਤੇ ਉਹ ਹੀ ਰਾਸ਼ਟਰ ਤਿਰੰਗਾ ਲਹਿਰਾਉਣਗੇ ਤੇ ਆਜ਼ਾਦੀ ਦਿਹਾੜੇ ਦੀ 75ਵੀਂ ਵਰੇਗੰਢ ਦੀ ਤਿਆਰੀਆਂ ਕੀਤੀ ਜਾ ਰਹੀ ਹੈ। ਅੱਜ ਫੁੱਲ ਡਰੈਸ ਰਿਹਰਸਲ ਕੀਤੀ ਗਈ ਵੱਖ ਵੱਖ ਥਾਵਾਂ ਤੇ। ਹੁਸ਼ਿਆਰਪੁਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ। ਹੁਸ਼ਿਆਰਪੁਰ ਵਿੱਚ ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਤਿਰੰਗਾ ਲਹਿਰਾਉਣਗੇ ਤੇ ਅੱਜ DC ਵੱਲੋਂ ਜਾਇਜ਼ਾ ਲਿਆ ਗਿਆ ਤੇ ਫੁੱਲ ਡਰੈਸ ਰਿਹਰਸਲ ਕੀਤੀ ਗਈ। ਹੁਸ਼ਿਆਰਪੁਰ ਵਿੱਚ ਫੁੱਲ ਡਰੈਸ ਰਿਹਰਸਲ ਕੀਤੀ ਗਈ 15 ਅਗਸਤ ਦੀ ਤਿਆਰੀਆਂ ਨੂੰ ਲੈ ਕੇ।